ਜਿਹੜਾ ਬੇੜਾ ਵਹਿਣਾ ਹੈ ਨਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਫੋਨ ਨੇ ਸਾਡਾ ਨੁਕਸਾਨ ਕਰਨਾ ਹੈ, ਇਹ ਪੰਜਾਂ ਚਾਰਾਂ ਸਾਲਾਂ ਬਾਅਦ ਪਤਾ ਲੱਗੂ, ਹਜੇ ਨਹੀਂ ਲੱਗਣਾ। ਵੇਖੋ ਜਿਹੜੇ ਸਮਾਰਟਫੋਨ ਹੈ, ਆ ਜਿਹੜੇ ਵਧੀਆ ਕੈਮਰਿਆਂ ਵਾਲੇ ਫੋਨ ਹੈ, ਬੀਬੀਓ ਤੁਸੀਂ ਵੀ ਸੁਣੋ, ਤੁਹਾਡੀਆਂ ਗਰਦਨਾਂ ਵੀ ਤਾਂ ਇੰਨੀਆਂ ਇੰਨੀਆਂ ਕੀ ਨੇ, ਤੁਹਾਨੂੰ ਤਾਂ ਜ਼ਿਆਦਾ ਲੋੜ ਹੈ। ਜਿਹੜੇ ਫੋਨਾਂ ਦੇ ਉੱਤੇ ਲੱਗੀਆਂ ਰਹਿੰਦੀਆਂ ਜਿਹੜੀਆਂ ਬੀਬੀਆਂ, ਉਹਨਾਂ ਨੂੰ ਵੀ ਲੋੜ ਹੈ, ਬੰਦੇ ਤਾਂ ਫਿਰ ਵੀ ਏਡੀ ਮੋਟੀ ਗਰਦਨ ਲਈ ਫਿਰਦੇ, ਇਹ ਤਾਂ ਇੰਨੀਆਂ ਇੰਨੀਆਂ ਕੀ ਨੇ। ਹੁਣ ਜਿਹੜੀਆਂ ਬੀਬੀਆਂ ਨੇ ਆਹ ਗਰਦਨ ਹੈ ਥੱਲੇ ਨੂੰ ਰੱਖਣੀ ਹੈ, ਆਹ ਜਿੰਨੀਆਂ ਨਾੜਾਂ ਹੈ ਨਾ, ਸੁਣੋ, ਸਰਕੂਲੇਸ਼ਨ ਬਲੱਡ ਦਾ ਇੱਥੋਂ ਘੱਟ ਜਾਣਾ, ਆਕਸੀਜਨ ਬ੍ਰੇਨ ਨੂੰ ਸਹੀ ਨਹੀਂ ਜਾਣੀ, ਤੇ ਅਜੇ ਨਹੀਂ ਲੱਗਣਾ ਪਤਾ, ਠਹਿਰ ਜਾਓ ਹੋਰ ਪੰਜ ਚਾਰ ਸਾਲ। ਫੋਨ ਅਜੇ ਹੱਥਾਂ 'ਚ ਆਇਆ 3 ਕੁ ਸਾਲ ਦਾ, ਫੇਸਬੁੱਕ ਨੈੱਟ ਲੱਗਿਆ, ਜੀਓ ਜੇ ਉਹ ਹਸਾਲਕ ਹੋਇਆ, ਹਜੇ 3 ਕੁ ਸਾਲ ਹੋਰ ਹੋਣ ਦਿਓ, ਵੇਖੀ ਚੱਲੋ, ਵੇਖੀ ਚੱਲੋ, ਗਰਦਨ ਰੱਖਿਓ ਐਂ। ਵੇਖੋ ਜਦੋਂ ਗਰਦਨ ਐਂ ਹੁੰਦੀ ਹੈ ਨਾ, ਐਂ ਇੱਥੇ ਇੰਨੀ, ਇਹ ਉਸ ਪੋਜੀਸ਼ਨ 'ਚ ਹੈ ਜਿੱਦਾਂ 90 ਕਿਲੋ ਵੇਟ ਰੱਖਿਆ ਹੋਵੇ, 90 ਕਿਲੋ ਜਿਹੋ ਜਿਹੀ 90 ਕਿਲੋ ਦੀ ਬੂਰੀ ਰੱਖਤੀ ਗਰਦਨ ਤੇ, ਜਿਹੋ ਜਿਹਾ ਸਿਰ ਏਦਾਂ ਕਰਕੇ ਬਹਿਣਾ, ਆਹ ਨਾੜਾਂ ਤੇ ਇੰਨਾ ਜ਼ੋਰ ਲੱਗਦਾ, ਤੇ ਜਦੋਂ ਤੁਸੀਂ ਏਦਾਂ ਬੈਠੇ ਰਹੇ ਘੰਟਾ, ਡੇਢ ਘੰਟਾ, 2 ਘੰਟੇ, 3 ਘੰਟੇ, ਹੁਣ ਤੇ ਨਹੀਂ ਲੱਗਣਾ ਪਤਾ, 2 ਸਾਲ ਲੰਘ ਗਏ ਐ ਫੋਨਾਂ ਦੇ ਉੱਤੇ, 3 ਕੁ ਹੋਰ ਲੰਘ ਜਾਣਗੇ, 5 ਕੁ ਸਾਲਾਂ ਬਾਅਦ ਫਿਰ ਉਹ ਨੁਕਸਾਨ ਹੋਣਾ ਹੈ। ਸਰਕੂਲੇਸ਼ਨ ਬ੍ਰੇਨ ਨੂੰ ਸਹੀ ਨਹੀਂ ਜਾਣਾ, ਤੇ ਸਿਹਤ ਕੌਣ ਚਲਾ ਰਿਹਾ, ਸਰੀਰ ਚਲਾਉਂਦਾ ਕੌਣ ਹੈ ਸਾਡਾ, ਬ੍ਰੇਨ, ਸੋਚਣਾ ਕਾਹਦੇ ਨਾਲ ਹੈ, ਬ੍ਰੇਨ ਨਾਲ, ਕੰਮਕਾਰ, ਭੱਜ ਨੱਠ, ਪੋਜ਼ਿਟਿਵਿਟੀ, ਸਾਰਾ ਦਿਮਾਗ ਦੀ ਖੇਡ ਹੈ, ਤੇ ਇਹਨੇ ਉਹ ਨੁਕਸਾਨ ਸਾਡਾ ਕਰਨਾ ਹੈ, ਵੀ ਸਾਨੂੰ ਫਿਰ ਪਤਾ ਲੱਗਣਾ ਵੀ ਅਸੀਂ ਕਰ ਕੀ ਬੈਠੇ ਹਾਂ। ਤੁਸੀਂ ਵੇਖਿਓ ਜਿਹੜਾ ਬੰਦਾ ਫੋਨ 'ਚ ਹੀ ਵੜਿਆ ਰਹਿੰਦਾ, ਇਰੀਟੇਟ ਬਹੁਤ ਹੁੰਦਾ, ਗੁੱਸਾ ਬਹੁਤ ਛੇਤੀ ਆਉਂਦਾ, ਕਾਲਾ ਪੈਂਦਾ, ਉਹ ਭਟਕ ਜਾਂਦਾ ਇੱਕਦਮ, ਕਿਉਂ, ਕਿਉਂਕਿ ਆਹ ਸਰਕੂਲੇਸ਼ਨ ਪ੍ਰੋਬਲਮ ਆ ਰਹੀ ਹੈ। ਤਾਂ ਕਰਕੇ ਮੈਂ ਨਹੀਂ ਕਹਿੰਦਾ ਫੋਨ ਨਾ ਚਲਾਓ, ਫੋਨ ਚਲਾਓ ਜੇ ਚਲਾਉਣੇ ਆ, ਪਰ ਤੁਸੀਂ ਇਹਦੇ ਤੋਂ ਬਚਣ ਲਈ ਘੱਟ ਤੋਂ ਘੱਟ 1/2 ਘੰਟਾ ਗਰਦਨ ਦੀ ਐਕਸਰਸਾਈਜ਼ ਕਰੋ, 15 ਮਿੰਟ ਤੇ ਘੱਟ ਤੋਂ ਘੱਟ ਲਾਓ ਹੀ ਲਾਓ, ਜੇ ਨਹੀਂ ਨੈੱਟ ਦੇ ਉੱਤੇ ਇੰਨਾ ਕੁਝ ਲੱਭਦਾ, ਉਹਦੇ 'ਚ ਗਰਦਨ ਦੀ ਐਕਸਰਸਾਈਜ਼ ਵੇਖ ਕਿੱਦਾਂ ਕਰਦੇ ਆ, ਯੋਗਾ ਵਾਲੇ ਕਿੱਦਾਂ ਦੱਸਦੇ ਆ, ਯੋਗਾ ਕਰਦੇ ਜਿਹੜੇ ਉਹ ਵੇਖੋ ਭਲਾ ਭਲਾ ਗਰਦਨ ਵਾਸਤੇ ਕਿਹੜੇ ਕਿਹੜੇ ਆਸਣ ਦੱਸਦੇ ਆ, ਕਰੋ ਸਾਰੇ, ਆਪਣੇ ਆਪ ਨੂੰ ਠੀਕ ਰੱਖੋ, ਵੇਖਣਾ ਤੇ ਪੈਣਾ ਹੀ ਹੈ, ਮਜਬੂਰੀ, ਅੱਜ ਕੱਲ੍ਹ ਇਹਦੇ ਬਿਨਾਂ ਸਰਦਾ ਕੋਈ ਨਹੀਂ, ਪਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ, ਕੰਪਿਊਟਰ ਤੇ ਬੱਚਿਆਂ ਨੇ ਬਹਿਣਾ ਸਵੇਰੇ 15 ਮਿੰਟ, ਨਾਲੇ ਆਪ ਕਰਿਆ ਕਰੋ, ਨਾਲੇ ਬੱਚਿਆਂ ਨੂੰ ਐਕਸਰਸਾਈਜ਼ ਕਰਾਇਆ ਕਰੋ, ਵੀ ਨਿਆਣਿਆਂ ਤੂੰ ਆ ਕਰਕੇ ਜਾ 10 ਮਿੰਟ ਇੱਥੇ ਲਾ, ਬੱਚੇ ਵੀ ਗਰਦਨ ਇੱਥੋਂ ਫੜਦੇ, ਵੀ ਇੱਥੋਂ ਦੁਖਦੀ ਹੈ ਜੀ ਗਰਦਨ, ਹਰੇਕ ਦੀ ਦੁਖਦੀ, ਸਰਵਾਈਕਲ ਦੀ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਹੋ ਰਹੀ ਹੈ, ਤੇ ਜਦੋਂ ਆਹ ਪ੍ਰੋਬਲਮ ਆ ਜਾਏ ਫਿਰ ਸਾਰਾ ਸਰੀਰ ਹੀ ਡਾਊਨ ਹੋਣ ਲੱਗ ਜਾਂਦਾ, ਸਿਹਤ ਦਾ ਖਿਆਲ ਜ਼ਰੂਰ ਰੱਖੋ। ਸਾਡਾ ਜਿਵੇਂ ਅੱਜ ਕੱਲ੍ਹ ਐਂਟੀਬਾਇਓਟਿਕ ਸਭ ਤੋਂ ਵਧੀਆ ਹਲਦੀ ਹੈ, ਹੁਣ ਅਗਲਾ ਕੋਈ ਬਿਮਾਰੀਆਂ ਦੱਸਣ ਲੱਗ ਗਏ, ਪਰ ਮੈਂ ਕਰਾਂ ਕਿ ਮੈਨੂੰ ਲੱਗਦਾ ਵੀ 1 ਮਿੰਟ ਦੱਸ ਦਿਆਂ, ਵੇਖੋ ਸਭ ਤੋਂ ਵਧੀਆ ਹਲਦੀ ਵਰਗੀ ਕੋਈ ਦਵਾਈ ਨਹੀਂ, ਕੋਈ ਦਵਾਈ ਸਾਡੇ ਤੇ ਆਮ, ਆਪਾਂ ਨਾ ਜਿੰਨੇ ਕੁ ਆਪਾਂ ਅੱਧੇ ਮਰੇ ਹੁੰਦੇ ਅੱਜ ਨੂੰ ਜੇ ਸਾਡੇ ਹਲਦੀ ਨਾ ਹੁੰਦੀ, ਸਾਡੇ ਨਾ ਜਿਹੜੇ ਗੋਰੇ ਹੈ, ਗੋਰਿਆਂ ਦਾ ਖਾਣਾ ਠੀਕ ਹੈ, ਵਿਦੇਸ਼ਾਂ 'ਚ ਸਭ ਕੁਝ ਵਧੀਆ, ਪਾਣੀ ਵੀ ਨਹੀਂ ਮਾੜਾ, ਦੁੱਧ ਵੀ ਨਹੀਂ ਮਾੜਾ, ਸਾਰੀਆਂ ਚੀਜ਼ਾਂ ਬਹੁਤ ਵਧੀਆ ਉੱਥੇ, ਆਕਸੀਜਨ ਵੀ ਬਹੁਤ ਹੈ, ਪਰ ਕੈਂਸਰ ਬਿਮਾਰੀਆਂ ਉਹਨਾਂ ਨੂੰ ਵੀ ਬਹੁਤ ਹੈ, ਤੇ ਉੱਥੇ ਦੇ ਡਾਕਟਰ ਹਲਦੀ ਦੀਆਂ ਗੋਲੀਆਂ ਦਿੰਦੇ ਆ ਹਰੇਕ ਬੰਦੇ ਨੂੰ, ਹਲਦੀ ਦੀ ਗੋਲੀ ਉਹ ਖਾ ਖਾ ਕੇ, ਵੀ ਐਂਟੀਬਾਇਓਟਿਕ ਹੈ, ਤੁਹਾਡਾ ਇਮਿਊਨ ਸਿਸਟਮ ਇਹਦੇ ਨਾਲ ਠੀਕ ਹੋ ਜਾਂਦਾ, ਬਿਮਾਰੀ ਨੇੜੇ ਨਹੀਂ ਆਉਂਦੀ। ਆਪਾਂ ਦਵਾਈਆਂ ਦੇ ਇਹ ਸਬਜ਼ੀਆਂ ਸੁਬਜ਼ੀਆਂ 'ਚ ਹਲਦੀ ਕੁਦਰਤੀ ਖਾਂਦੇ ਹਾਂ, ਸਾਡਾ ਭਾਰਤ ਦਾ ਜਿਹੜਾ ਸਿਸਟਮ ਹੈ ਨਾ, ਸਾਡੇ 'ਚ ਹਲਦੀ ਵਰਤੀ ਜਾਂਦੀ ਘਰਾਂ ਦੇ ਵਿੱਚ, ਪਰ ਉਹ ਇਹ ਹੈ ਵੀ ਉਹਦੇ ਵਿੱਚ 25% ਤਾਕਤ ਰਹਿ ਜਾਂਦੀ ਹੈ ਜਦੋਂ ਆਪਾਂ ਉਹਨੂੰ ਸਬਜ਼ੀਆਂ ਬਣਾ ਕੇ ਖਾਂਦੇ ਹਾਂ।
ਤਾਂ ਕਰਕੇ ਕੋਸ਼ਿਸ਼ ਇਹ ਕਰੋ ਘਰਾਂ ਦੇ ਵਿੱਚ ਵੀ ਹਰ ਬੰਦਾ ਹਫ਼ਤੇ ਦੇ ਵਿੱਚ ਅੱਧਾ ਅੱਧਾ ਚਮਚ ਦੋ ਵਾਰੀ ਦੁੱਧ ਚ ਪਾ ਕੇ ਹਲਦੀ ਪੀ ਲਵੇ। ਆਪਣੇ ਹਲਦੀ ਵਾਲਾ ਦੁੱਧ ਕਦੋਂ ਕਹਿੰਦੇ ਹੁੰਦੇ ਸੀ ਭਲਾ, ਜਦੋਂ ਕਿਸੇ ਦੇ ਕੋਈ ਸੱਟ ਸੁੱਟ ਵੱਜ ਗਏ ਹਲਦੀ ਵਾਲਾ ਦੁੱਧ ਪੀਆ ਪਿਆਓ, ਆਮ ਕਹਿੰਦੇ ਹੁੰਦੇ ਨਾ ਐਂਟੀਬਾਇਟਿਕ ਹੁੰਦਾ ਹੈ ਉਹਦੇ ਨਾਲ ਬਹੁਤ ਸਿਹਤ ਠੀਕ ਰਹਿੰਦੀ ਹੈ। ਅੱਧਾ ਕੁ ਚਮਚ ਦੋ ਵਾਰ ਲੈ ਲਓ ਹਫ਼ਤੇ ਚ, ਅੱਧੇ ਤੋਂ ਅੱਧਾ ਭਾਵੇਂ ਰੋਜ਼ ਲਈ ਚੱਲੋ, ਅੱਧੇ ਤੋਂ ਅੱਧਾ ਭਾਵੇਂ ਰੋਜ਼। ਆ ਸਿਆਲ ਦਾ ਚੜ੍ਹਦਾ ਜਦੋਂ ਉਦੋਂ ਸ਼ੁਰੂ ਕਰ ਲਿਆ ਕਰੋ, ਗਰਮੀਆਂ 'ਚ ਤਾਂ ਥੋੜ੍ਹੀ ਗਰਮੈਸ਼ ਨਾ ਹੋਵੇ, ਪਰ ਸਿਆਲ ਤੇ ਸਾਰਾ ਸ਼ੁਰੂ ਰੱਖੋ, ਪੱਕਾ ਰੱਖੋ ਵੀ ਅੱਧੇ ਤੋਂ ਅੱਧਾ ਚਮਚ ਦੁੱਧ ਦੇ ਵਿੱਚ ਪਾ ਕੇ ਹਲਦੀ ਪੀਓ। ਆਪਣੇ ਤੇ ਘਰ ਦੀ ਹਲਦੀ ਮਿਲ ਜਾਂਦੀ ਹੈ, ਕੋਈ ਮਿਲਾਵਟ ਨਹੀਂ, ਕੋਈ ਨਕਲੀ ਨਹੀਂ, ਘਰਾਂ ਦੀ ਹਲਦੀ ਬੀਜ ਕੇ ਆਪਣਾ ਕਰੋ। ਬਾਕੀ ਅੱਧੀ ਜ਼ਹਿਰ ਤੇ ਸਾਡੇ ਨਾ ਆਮ ਬੇੜਾ ਬਹਿ ਗਿਆ, ਡੱਕਾ ਤੋੜ ਕੇ ਕੋਈ ਰਾਜੀ ਨਹੀਂ। ਕਈ ਘਰਾਂ 'ਚ ਜਾਈਦਾ, ਉਹਨਾਂ ਨੂੰ ਵੇਖੀਦਾ ਵੀ ਖੁਰਲੀ ਵੀ ਪਈ ਹੈ, ਇੱਥੇ ਘਰ ਤੁਹਾਡਾ ਐਡਾ ਖੁੱਲ੍ਹਾ ਹੈ ਤੇ ਮੱਝ ਰੱਖ ਲਓ, ਗਾਂ ਰੱਖ ਲਓ, ਘਰ ਦਾ ਦੁੱਧ ਹੋ ਜੂ, ਘਰ ਦਾ ਘਿਓ ਹੋ ਜੂ, ਤੇ ਅੱਗੋਂ ਰੌਲਾ ਕੀ ਪਾਉਂਦੇ ਆ, ਬਸ ਜੀ ਕਿਹੜਾ ਕਰੇ ਮੁੱਲ ਹੀ ਲੈ ਲੈਂਦੇ ਆ। ਬਸ ਉਹ ਕਿੰਨਾ ਕੁਝ ਤੁਸੀਂ ਹੁਣ ਵੇਖੋ ਘਰ ਦਾ, ਜੇ ਤੁਹਾਡਾ ਜੇ ਜਿਹਦਿਆਂ ਦੇ ਘਰੇ ਜਗ੍ਹਾ ਹੈ, ਹੁਣ ਘੱਟ ਤੋਂ ਘੱਟ ਚਲੋ ਜੇ ਹੋਰ ਨਹੀਂ ਕੁਛ, ਇੰਨਾ ਕੁ ਥਾਂ ਤੇ ਘਰ 'ਚ ਬਣਾਓ ਵੀ ਸਬਜ਼ੀ ਸਾਡੀ ਘਰ ਦੀ ਹੋ ਜਾਵੇ, ਔਰਗੈਨਿਕ ਹੋਵੇ, ਰੂੜੀ ਰਾੜੀ ਪਾ ਦੇ। ਪਰਸੋਂ ਚੌਥੇ ਹੋਰ ਗੱਲ ਆ ਗਈ ਮੇਰੇ ਯਾਰ, ਉਹ ਬੰਦਾ ਕਹਿੰਦਾ ਔਰਗੈਨਿਕ ਤਾਂ ਨਹੀਂ ਮਾੜਾ। ਮੈਂ ਕਿਹਾ ਨਾ ਉਹ ਤੇ ਕੋਈ ਨਹੀਂ ਮਾੜਾ ਨਾ। ਕਹਿੰਦੇ ਭਾਈ ਸਾਹਿਬ ਵੀ ਜਿਹੜਾ ਘਰ ਦਾ ਹੋਵੇ ਉਹ ਤੇ ਕੁਛ ਨਹੀਂ ਮਾੜਾ, ਘਰ ਦੀ ਸਬਜ਼ੀ। ਮੈਂ ਕਿਹਾ ਨਾ ਘਰ ਦੀ ਕਿੱਥੇ ਸਬਜ਼ੀ ਮਾੜੀ ਹੈ। ਕਹਿੰਦਾ ਫਿਰ ਘਰ ਦਾ ਦੁੱਧ? ਮੈਂ ਕਿਹਾ ਉਹ ਵੀ ਠੀਕ ਹੈ। ਕਹਿੰਦਾ ਬਸ ਫਿਰ ਆਪਾਂ ਘਰ ਦੀ ਕੱਢੀ ਹੋਈ ਪੀਂਦੇ। ਮੈਨੂੰ ਕਹਿੰਦਾ ਕਹਿੰਦਾ ਔਰਗੈਨਿਕ ਪੀਂਦੇ ਹਾਂ ਅਸੀਂ ਤੇ, ਬਾਹਰਲੀ ਨਹੀਂ ਪੀਂਦੇ ਕਹਿੰਦਾ। ਮੈਂ ਕਿਹਾ ਲੈ ਹੁਣ ਇਹਨੂੰ ਮੈਂ ਕੀ ਦੱਸਾਂ ਵੀ ਔਰਗੈਨਿਕ ਜੇ ਤੇਰੀ ਘਰ ਦੀ ਵੀ ਹੈ ਤਾਂ ਵੀ ਮਾੜੀ ਹੋਈ ਹੈ। ਹੁਣ ਕਈ ਚੀਜ਼ਾਂ ਤੇ ਗਲਤ ਨੇ ਤੇ ਗਲਤ ਹੀ ਨੇ। ਜੇ ਤੇਰੇ ਜੇ ਘਰ 'ਚ ਜ਼ਹਿਰ ਹੋਵੇ, ਤੇਰੇ ਘਰ 'ਚ ਜਿਹੜੀ ਜ਼ਹਿਰੀਲੀ ਚੀਜ਼ ਹੈ ਉਹ ਤੇ ਤੇਰੇ ਘਰ ਦੀ ਹੋਵੇ ਭਾਵੇਂ, ਵੀ ਘਰ ਦੀ ਹੈ ਜੀ ਇਹ। ਤਾਂ ਕਰਕੇ ਵੀਰੋ ਭਾਈਓ ਆ ਸਾਡਾ ਨੁਕਸਾਨ ਕੀ ਹੈ? ਚਲੋ ਮੱਝ ਗਾਂ ਰੱਖਣੀ ਕਹਿੰਦੇ ਜੀ ਔਖਾ ਹੈ, ਲੈ ਮਗਰੋਂ ਨਹੀਂ ਰੱਖੀ ਜਾਂਦੀ, ਫਿਰ ਤੂੰ ਹਟਣਾ ਤੇ ਹੈ ਨਹੀਂ, ਵਿਹਲੜ ਹੋ ਗਏ ਸਾਡੇ ਭਾਈ, ਬਾਹਰ ਕੰਮਾਂ ਤੇ ਜਾਂਦੇ ਆ ਬੀਬੀਆਂ, ਮਿਹਨਤ ਕਰ ਲਓ, ਇੱਕ ਅੱਧੀ ਗਾਂ ਮੱਝ ਰੱਖ ਲਓ, ਜਿਨ੍ਹਾਂ ਦੇ ਘਰੇ ਜਗ੍ਹਾ ਹੈ ਰੱਖ ਲਓ ਘਰ ਦੇ। ਵੇਖੋ ਵੀ ਬੀਬੀਓ ਭੈਣੋ, ਪੋਤਿਆਂ ਨੂੰ ਮੁੰਡਿਆਂ ਨੂੰ ਘਰ ਦਾ ਜਿਹੜਾ ਘਰ ਦਾ ਦੁੱਧ ਹੋਣਾ ਹੈ ਗਾਂ ਮੱਝ ਦਾ, ਉਹਦੇ 'ਚ ਕੋਈ ਜ਼ਹਿਰ ਨਹੀਂ, ਕੋਈ ਯੂਰੀਏ ਨਹੀਂ ਪਾਏ, ਪਤਾ ਨਹੀਂ ਕਿਹੜੀ ਕਿਹੜੀ ਅੱਗ ਸਵਾਹ ਪਾ ਕੇ ਦਿੰਦੇ ਆ। ਘਰ ਦਾ ਪਨੀਰ ਹੋ ਜੂ, ਘਰ ਦਾ ਦੁੱਧ ਘਿਓ ਨਿਕਲ ਆਉਣਾ, ਕਿੰਨਾ ਸੌਖਾ ਹੋ ਜਾਣਾ ਕੰਮ। ਅੱਛਾ ਜੇ ਇਹ ਨਹੀਂ ਕਰਦੇ ਤੇ ਦੋ ਮੰਜੀਆਂ ਜਿੰਨੀ ਜਗ੍ਹਾ ਵਾਧੂ ਹੁੰਦੀ ਅੱਜ ਕੱਲ੍ਹ, ਦੋ ਮੰਜੀਆਂ ਜਿੰਨੀ ਜਗ੍ਹਾ, ਇੱਕ ਮੰਜੇ ਦੀ ਜਗ੍ਹਾ ਦੇ ਵਿੱਚ ਗਾਜਰਾਂ ਬੀਜੀਆਂ ਹੋਣ, ਵੱਟਾਂ ਦੇ ਉੱਤੇ ਮੂਲੀਆਂ ਲਾ ਦੇ ਬੰਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਹੈ, ਟੁੱਟ ਜਾਣ ਇਹਨਾਂ ਦੇ ਹੱਥ, ਮੁੱਲ ਲੈ ਕੇ ਖਾਣਗੇ। ਇੰਨੇ ਨਿਕੰਮੇ ਆ ਸਾਡੇ ਬੰਦੇ, ਜਗ੍ਹਾ ਵਾਧੂ ਪਈ ਹੈ ਘਰ 'ਚ, ਤੇ ਕਈ ਬੰਦੇ ਸ਼ੌਂਕ ਰੱਖਣ ਵਾਲੇ ਨਾ ਛੱਤਾਂ ਤੇ ਮਿੱਟੀ ਪਾਈ ਫਿਰਦੇ ਆ, ਆਪਣੀਆਂ ਤੇ ਲੈਂਟਰ ਦੇ ਉੱਤੇ ਮਿੱਟੀ ਪਾ ਕੇ, ਮੋਮਜਾਮਾ ਰੱਖ ਕੇ ਉੱਤੇ ਮਿੱਟੀ ਮੁੱਟੀ ਪਾ ਕੇ ਉੱਤੇ ਸਬਜ਼ੀਆਂ ਲਾਉਂਦੇ ਘਰ ਦੀਆਂ। ਕਹਿੰਦੇ ਯਾਰ ਘਰ ਵਰਗੀ ਰੀਸ ਨਹੀਂ। ਆ ਪੰਜ ਸੱਤ ਆ ਹੁਣ ਵੇਖੋ ਅੱਗੇ ਕਿੱਡੀ ਕੁ ਅੱਗ ਲੱਗਦੀ ਹੈ। ਆ ਹੁਣ ਆ ਅੱਗੇ ਆ ਗਿਆ ਵੇਖੋ, ਗਰਮੀ ਆ ਗਈ, ਪੰਜ ਸੱਤ ਤੋਰੀਆਂ ਦੀਆਂ ਵੇਲਾਂ ਚਾੜ੍ਹਦੇ, ਪੰਜ ਸੱਤ ਕੱਦੂਆਂ ਦੀਆਂ ਚਾੜ੍ਹਦੇ, ਉਹੀ ਨਹੀਂ ਮੁੱਕਦੀਆਂ। ਇੰਨਾ ਤੇ ਟੁੱਟ ਜਾਣ ਹੱਥ ਕਰ ਲਓ, ਇੰਨਾ ਕੁ ਦੇ ਕਰ ਲਓ, ਪਰ ਨਹੀਂ, ਕਿਹੜਾ ਕਿਹੜਾ ਕਰਨ ਵਾਲਾ ਇੱਥੇ। ਮੈਂ ਕਹਿੰਦਾ ਇੱਕ ਇੱਕ ਬੰਦਾ ਸਾਡੇ ਨਾ ਇੱਥੇ ਪਰਮੇਸ਼ਰ ਦੁਆਰ। ਮੈਨੂੰ ਇੱਕ ਬੰਦਾ ਬਾਪੂ ਕਹਿੰਦਾ, ਕਹਿੰਦਾ 2000 ਤਨਖਾਹ ਵਧਾ ਦਿਓ। ਮੈਂ ਕਿਹਾ ਠੀਕ ਹੈ। ਕਹਿੰਦਾ 6 ਮਹੀਨੇ ਗੰਢਿਆਂ ਦੀ ਗਰੰਟੀ ਮੇਰੀ।
4 ਤੋਂ 6 ਮਹੀਨੇ ਕਹਿੰਦੇ ਗੰਢੇ ਲੰਗਰ ਚ ਹੁਣ ਸਾਡੇ ਲੰਗਰ ਚ ਕਿਤੇ ਥੋੜੇ ਗੰਢੇ ਪੈਂਦੇ ਕੁਆਂਟਲਾਂ ਦੇ ਹਿਸਾਬ ਨਾਲ ਗੰਢੇ ਫੁੱਕ ਜਾਂਦੇ ਆ ਉਹਦੇ ਵਿੱਚ ਸਬਜ਼ੀਆਂ ਚ ਪਰ ਉਹ ਬਾਪੂ ਕਹਿੰਦਾ ਇਕੱਲਾ ਹੀ ਨਹੀਂ ਮੁੱਕਣ ਦਿੰਦਾ ਲੈ ਇੱਕੋ ਹੀ ਬਾਪੂ ਹੈ ਕਿੱਲਾ ਡੇਢ ਕਿੱਲਾ ਜ਼ਮੀਨ ਦਾ ਉਹਨੇ ਪਿੱਛੇ ਵਗਲ ਕੇ ਤੇ ਉਹਨੇ ਵਾਧੂ ਕਰਤੇ ਉੱਥੇ ਸਾਡੇ ਲੁੰਗ ਲਾਣਾ ਕਿਤੇ ਥੋੜਾ ਫਿਰਦਾ 100 ਬੰਦਾ ਉੱਥੇ ਬਾਕੀਆਂ ਦੇ ਦਿਮਾਗ 'ਚ ਨਹੀਂ ਆਈ ਉਹ ਇਕੱਲਾ ਹੀ ਹੈ ਇਕੱਲਾ ਹੀ ਕਰ ਦਿੰਦਾ ਲੈ 6 ਮਹੀਨਿਆਂ ਦੇ ਗੰਢੇ ਕਰ ਦਿੰਦਾ ਉੱਥੇ ਬੀਜਦਾ ਮਿਹਨਤ ਕਰਦਾ ਸਬਜ਼ੀ ਜਿੰਨੀ ਚਾਹੀਦੀ ਕਹਿੰਦੇ ਘਰ ਦੀ ਹੋਈ ਹੁਣ ਬੰਦੇ ਮਿਹਨਤੀ ਆ ਜਿਹੜੇ ਉਹ ਤੇ ਕਰਦੇ ਆ ਕੰਮ ਕਰਨ ਵਾਲੇ ਤਾਂ ਕਰਕੇ ਮੇਰੀ ਬੇਨਤੀ ਹੈ ਜਿਨ੍ਹਾਂ ਕੋਲ ਮਾੜਾ ਮੋਟੀ ਜਗ੍ਹਾ ਹੈ ਘਰ ਦੀਆਂ ਸਬਜ਼ੀਆਂ ਘੱਟ ਤੋਂ ਘੱਟ ਜ਼ਰੂਰ ਉਗਾਉਣੀਆਂ ਸ਼ੁਰੂ ਕਰੋ ਘੱਟ ਤੋਂ ਘੱਟ ਐਦਾਂ ਕਹੀ ਜਾਂਦੇ ਜ਼ਹਿਰਾਂ ਬਹੁਤ ਆ ਗਈਆਂ ਜ਼ਹਿਰਾਂ ਬਹੁਤ ਆ ਗਈਆਂ ਤੂੰ ਵੇਖ ਕੇ ਜ਼ਹਿਰ ਕਿਉਂ ਖਾਂਦਾ ਫਿਰ ਭਾਈ ਇੰਨੀ ਕੁ ਹਿੰਮਤ ਤੇ ਕਰੋ ਤਾਂ ਕਰਕੇ ਸਿਹਤ ਦਾ ਖਿਆਲ ਰੱਖਣਾ ਹਲਦੀ ਸਾਡੇ ਘਰਾਂ ਦੀ ਮਿਲ ਜਾਂਦੀ ਹੈ ਉਹ ਆਦਤ ਪਾ ਲਓ ਦੁੱਧ ਘਿਓ ਘਰ ਦਾ ਰੱਖੋ ਤੇ ਬਾਕੀ ਸਾਰਿਆਂ ਨਾਲੋਂ ਜ਼ਰੂਰੀ ਜਿਹੜੀ ਹੈ ਉਹ ਕਰੋ ਬੰਦਗੀ ਤੇ ਬੰਦਗੀ ਦਾ ਮਤਲਬ ਕੁਦਰਤ ਦਾ ਕਾਨੂੰਨ ਨਹੀਂ ਤੋੜਨਾ ਬਾਕੀ ਸਭ ਤੋਂ ਜ਼ਰੂਰੀ ਹੈ ਜੇ ਤੁਹਾਡੀ ਸਿਹਤ ਹੈ ਤੇ ਮਨ ਤਾਂ ਕਾਇਮ ਰਹਿਣਾ ਦੇਖੋ ਮੈਂ ਜਿੰਨੀਆਂ ਮਰਜ਼ੀ ਤਕੜੀਆਂ ਤਕੜੀਆਂ ਗੱਲਾਂ ਕਰਾਂ ਮਨ ਐ ਰੱਖੋ ਮਨ ਐ ਸਟਰੋਂਗ ਹੁੰਦਾ ਮਨ ਐ ਕਾਇਮ ਹੁੰਦਾ ਇਹ ਹੈਗਾ ਇੰਜਣ ਤੇ ਇੰਜਣ ਹੈ ਫਰਾਰੀ ਦਾ ਤੇ ਜੇ ਤੂੰ ਕਵੇਂ ਵੀ ਇਹਨੂੰ ਗੱਡੇ 'ਚ ਰੱਖ ਦੇ ਤੇ ਜੇ ਗੱਡੇ 'ਚ ਰਖਾ ਲਏਗਾ ਤੇ ਫਿਰ ਨਹੀਂ ਉਹ ਚੱਲਣ ਲੱਗਿਆ ਆ ਸਰੀਰ ਤੇ ਗੱਡਾ ਬਣਿਆ ਪਿਆ ਇਹਨੂੰ ਕਾਇਮ ਕਰ ਪੈਂਦਾ ਜਿਹੜੇ ਬਜ਼ੁਰਗ ਹੈ ਹੁਣ ਜਿਹੜੇ ਤੇ ਮਾਫ਼ ਕਰਨਾ ਮੈਨੂੰ ਵੀ ਜਿਨ੍ਹਾਂ ਨੂੰ ਲੱਗਦਾ ਵੀ ਹੁਣ ਇਹ ਖਜਕ ਗਿਆ ਜ਼ਿਆਦਾ ਹੁਣ ਠੀਕ ਨਹੀਂ ਹੋਣਾ ਉਹ ਤੇ ਵੇਖੋ ਵਸ ਦੀ ਗੱਲ ਰਹੀ ਨਹੀਂ ਆ ਜਿਹੜੇ ਵਿੱਚ ਵਿਚਾਲੇ ਜੇ ਆ ਉਹ ਕਾਇਮ ਕਰ ਲਓ ਆਪਣੇ ਆਪ ਕੱਲ੍ਹ ਤੋਂ ਹੀ ਸ਼ੁਰੂ ਕਰੋ ਕੱਲ੍ਹ ਤੋਂ ਹੀ ਵੀ ਆਪਾਂ ਭਾਈ ਇੱਥੋਂ ਤੋਂ ਲੈ ਕੇ 5-7 ਕਿਲੋਮੀਟਰ ਤੁਰ ਕੇ ਆਉਣਾ ਹੀ ਆਉਣਾ ਤੇਜ਼ ਤੇਜ਼ ਤੁਰਨਾ ਐਕਸਰਸਾਈਜ਼ ਕਰਨੀ ਹੈ ਭੱਜ ਨੱਠ ਕਰਨੀ ਹੈ ਨੇੜੇ ਤੇੜੇ ਜਿੰਮ ਜਾਣਾ ਹੀ ਜਾਣਾ ਜਿਹੜੇ ਪੈਸੇ ਵਾਲੇ ਆ ਚਾਰੋ ਘਰੇ ਮਸ਼ੀਨਾਂ ਲੈ ਆਓ ਭੱਜਿਆ ਪੁੱਜਿਆ ਕਰੋ ਆਪਣੇ ਆਪ ਨੂੰ ਕਾਇਮ ਰੱਖੋ ਆ ਬੀਬੀਆਂ ਸਾਡੀਆਂ ਨੂੰ ਕਹਿੰਦਾ ਹੁੰਦਾ ਹੈ ਮੈਂ ਇੱਕ ਮਾਤਾ ਨੂੰ ਉੱਥੇ ਮੈਨੂੰ ਪਰਮੇਸ਼ਰ ਦੁਆਰਾ ਮਿਲੀ ਮੈਂ ਅੱਗੇ ਵੀ ਦੱਸਦਾ ਹੁੰਦਾ ਮੈਂ ਕਿਹਾ ਮਾਤਾ ਕਹਿੰਦੀ ਗੋਡੇ ਬਹੁਤ ਦੁਖਦੇ ਬਾਬਾ ਜੀ ਹੁਣ ਵਿਚਾਰੀਆਂ ਕਈ ਦੇ ਮੇਰੇ ਵਰਗੇ ਨੂੰ ਮਿਲ ਕੇ ਕਹੀ ਗੋਡੇ ਬਹੁਤ ਤੇ ਮੈਂ ਕਿਹਾ ਮਾਤਾ ਤੂੰ ਨਾ ਐਂ ਕਰਿਆ ਕਰ ਸਵੇਰੇ ਜਦੋਂ ਉੱਠਦੀ ਹੈ ਨਾ ਲੀਟਰ ਡੇਢ ਲੀਟਰ ਪਾਣੀ ਗਰਮ ਗਰਮ ਪਾਣੀ ਉਦੋਂ ਪੀ ਲਿਆ ਕਰ ਅੱਛਾ ਮੈਂ ਫਿਰ ਠੰਡੀ ਜਿਹੀ ਹੋ ਗਈ ਇੰਨੇ ਨਾਲ 5 ਲੀਟਰ ਸਾਰੇ ਦਿਨ 'ਚ ਪੀ ਜਿਆ ਕਰ ਬੇਬੇ ਪਾਣੀ ਠੰਡਾ ਪਾਣੀ ਕਦੀ ਨਹੀਂ ਪੀਣਾ ਜਦੋਂ ਪੀਣਾ ਗਰਮ ਪਾਣੀ ਪੀਣਾ ਕੋਸਾ ਕਰਕੇ ਪਾਣੀ ਪੀਆ ਕਰ ਗੋਡੇ ਕੱਢ ਤੇਰੇ ਆਪੇ ਹਟ ਜਾਣੇ ਕਿੱਥੇ ਪੀਤਾ ਜਾਂਦਾ ਹੈ ਨੱਕ ਜਿਹਾ ਚਾੜ ਕੇ ਕਿੱਥੇ ਪੀਤਾ ਜਾਂਦਾ ਤੇ ਜਿੱਦਣ ਆਇਆ ਵਿਆਹ ਉੱਥੇ ਸਾਡੇ ਮੁੰਡੇ ਦਾ ਵਿਆਹ ਮੈਂ ਉੱਥੇ ਹੁਣ ਵੇਖਿਆ ਉਦਣ ਟੀਸੀ ਭਰ ਕੇ ਪਕੌੜਿਆਂ ਦੀ ਲੱਗੀ ਖਾਣ ਤੇ ਮੈਂ ਖਿਆਲ ਹੁਣ ਆਹ ਝੁਲਸ ਸਕਦੀ ਹੈ ਇਹ ਤੇ ਜੇ ਇਹਨੂੰ ਕਹਿ ਦੋ ਪਾਣੀ ਪੀ ਲੈ ਕਿੱਥੇ ਪੀਤਾ ਜਾਂਦਾ ਮਰ ਫਿਰ ਮੈਂ ਕਿਹਾ ਲਈ ਫਿਰ ਗੋਡੇ ਇਦਾਂ ਦੇ ਆਪਣੇ ਹੁਣ ਨਹੀਂ ਠੀਕ ਹੋ ਸਕਦੀ ਤੂੰ ਹੱਸਦਾ ਹੁੰਦਾ ਮੈਂ ਵੀ ਸਿੱਧੀ ਗੱਲ ਹੈ ਹੁਣ ਤੇਰਾ ਇਲਾਜ ਦੱਸ ਕੀ ਕਰੀਏ ਵੀ ਇੰਨੀ ਕਿਤੇ ਕਰ ਲਓ ਤੁਸੀਂ ਚੇਤਾ ਰੱਖਿਓ ਜਿਹੜਾ ਬੰਦਾ ਸਿਹਤ ਘਟਾਉਣੀ ਚਾਹੁੰਦਾ ਹੈ ਹੁਣ ਸਾਡੇ ਵਾਲੇ ਆਹ ਘਟਾਉਂਦੇ ਕਿੰਨਾ ਪਾਣੀ ਪੀਂਦਾ ਤੂੰ 5 ਲੀਟਰ ਹੁਣੇ ਪਤਲਾ ਹੋਣਾ ਵਿਆਹ ਹੈ ਨਾ ਇਹਦਾ ਮੁੰਡੇ ਦਾ ਸਾਡੇ ਦਾ ਇਹਨੇ ਪਤਲਾ ਹੋਣਾ ਗੁਰਪ੍ਰੀਤ ਨੇ ਤੇ ਇਹਦੇ ਆਨੰਦ ਕਾਰਜ ਹੈ ਮਾਰਚ ਵਿੱਚ ਤੇ ਚਲੋ ਉਹ ਤੇ ਗੱਲ ਵੱਖ ਹੈ ਪਰ ਹੁਣ ਇਹਨੂੰ ਦੱਸਿਆ ਦੱਸਣ ਵਾਲੇ ਨੇ ਉਹ ਕਹਿੰਦੇ ਵੀ 5-7 ਲੀਟਰ ਪਾਣੀ ਪੀਣਾ ਰੋਜ਼ ਤੇ 5 ਲੀਟਰ ਲੈ ਤੁਸੀਂ ਲਿਖ ਲਓ ਕੋਈ ਦਵਾਈ ਨਾ ਲਓ 5 ਲੀਟਰ ਪਾਣੀ ਕੱਲ੍ਹ ਤੋਂ ਸ਼ੁਰੂ ਕਰੋ ਔਖਾ ਹੋਣਾ ਕਿੰਨੇ ਦਿਨ 3-4 ਦਿਨ 4 ਦਿਨਾਂ ਬਾਅਦ ਆਪੇ ਪਿਆਸ ਲੱਗਣ ਲੱਗ ਜਾਂਦੀ ਹੈ ਲੱਗਣ ਲੱਗ ਜੂ ਤੇ ਤੁਸੀਂ ਵੇਟ ਕਰੋ ਆਪਣਾ ਮਹੀਨੇ ਬਾਅਦ 4-5 ਕਿਲੋ ਘੱਟ ਜੂ ਜਿਹੜਾ ਬਾਹਲਾ ਹੀ ਫੁੱਲਿਆ ਪਿਆ ਉਹਦਾ ਹੋ ਸਕਦਾ 7-8 ਕਿਲੋ ਘੱਟ ਜੇ ਹਰੇਕ ਬੰਦੇ ਦਾ 4-4 ਕਿਲੋ ਵੇਟ ਡਾਊਨ ਹੋ ਜਾਣਾ ਕਿਉਂ ਕਿਉਂਕਿ ਤੁਸੀਂ ਗਰਮ ਪਾਣੀ ਪੀਂਦੇ
ਇਹਦੇ ਨਾਲ ਹੀ ਸਰੀਰ ਵਧੀਆ ਹੋ ਜਾਂਦਾ। ਪਰ ਹੁਣ ਹੁਣ ਗੱਲ ਉਹੀ ਆ ਜਾਣੀ ਹੈ ਵੀ ਗਾਂ ਬਰਫਾ ਬਰਫ ਵਾਲਾ ਪਾਣੀ ਗਰਮੀ ਹੁੰਦੀ ਹੈ, ਬਰਫ ਵਾਲਾ ਪਾ ਕੇ ਤੇ ਚਲੋ ਜੀ ਗਰਮ ਕਿਹੜਾ ਪੀਏ, ਔਖਾ ਹੈ। ਬਸ ਇਹੀ ਔਖਾ ਹੈ, ਵਿਖਮ ਮਾਰਗ ਚੱਲਣਾ ਇਹੋ ਹੀ ਹੈ। ਸਾਰੀ ਦੁਨੀਆ ਸੌਖੇ ਸੌਖੇ ਕੰਮ ਕਰਨਾ ਚਾਹੁੰਦੀ ਹੈ ਪਰ ਔਖਾ ਕੰਮ ਕੋਈ ਨਹੀਂ ਕਰਨਾ ਚਾਹੁੰਦਾ। ਜਿਹੜਾ ਮੁੰਡਾ ਕਹਿੰਦਾ ਕਿਹੜਾ ਜਿੰਮ ਕਰੇ ਫਿਰ ਤੇਰੀਆਂ ਡੌਲੀਆਂ ਹੀ ਰਹਿਣਗੀਆਂ, ਤੇਰੇ ਨਾ ਡੌਲੇ ਬਣ ਗਏ ਫਿਰ। ਤੂੰ ਕਹੀ ਜਾ ਵੀ ਮੈਂ ਕਿਹੜਾ ਜਿੰਮ ਕਰੇ ਫਿਰ ਇਹ ਫਿਰ ਇਦਾਂ ਹੀ ਫਿਰ ਨਹੀਂ ਬਣਦੇ ਤੇਰੇ ਡੌਲੇ। ਤਾਂ ਕਰਕੇ ਭਾਈ ਇਹ ਖਿਆਲ ਰੱਖੋ, ਬਣਾ ਸਿਹਤ ਦਾ ਖਿਆਲ ਰੱਖੋ, ਸਿਹਤ ਠੀਕ ਹੈ ਫਿਰ ਹੀ ਸਭ ਕੁਝ ਠੀਕ ਹੈ। ਤਾਂ ਕਰਕੇ ਮੈਂ ਤੇ ਸਾਡੇ ਵਾਲੇ ਜਿੰਨੇ ਲੁੰਗ ਲਾਣਾ ਸਾਡਾ ਫਿਰਦਾ ਇੱਥੇ, ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਮਹਾਨ ਬੇਵਕੂਫ ਆਪਣੇ ਨਾਮ ਨਾਲ ਆਪ ਹੀ ਲਾ ਲਓ। ਜਿਹੜਾ ਬੰਦਾ ਇੱਕ ਘੰਟਾ ਆਪਣੀ ਸਿਹਤ ਲਈ ਨਹੀਂ ਕੱਢ ਸਕਦਾ, ਆਪਣੇ ਨਾਂ ਨਾਲ ਕੀ ਲਾ ਲਓ? ਬੋਲੋ ਬੋਲੋ, ਆਪ ਵੀ ਸੁਣ ਲਓ ਸਾਰੇ, ਇਹਨਾਂ ਨੂੰ ਨਹੀਂ ਆਪ ਵੀ ਸੁਣ ਲਓ। ਮੇਰੇ ਕੋਲ ਕਹਿੰਦਾ ਟਾਈਮ ਨਹੀਂ, ਮੈਂ ਬਿਜੀ ਬਹੁਤ ਰਹਿੰਦਾ। ਕਹਿੰਦੇ ਉਹ ਮਾਮੇ ਤੋਂ ਵੱਧ ਬਿਜੀ ਹੈ, ਦੋ ਘੰਟੇ ਕੱਢਦਾ ਸੀ ਸਿਹਤ ਲਈ ਜਦੋਂ ਰਾਸ਼ਟਰਪਤੀ ਸੀ, ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਅਗਲੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ, ਉਹ ਪੂਰਾ ਅਮਰੀਕਾ ਵਰਗੇ ਦੇਸ਼ ਚਲਾਉਣ ਵਾਲੇ ਦੋ ਘੰਟੇ ਸਿਹਤ ਲਈ ਕੱਢ ਸਕਦੇ ਆ, ਤੂੰ ਘੰਟਾ ਨਹੀਂ ਕੱਢ ਸਕਦਾ? ਉਹਦੇ ਨਾਲੋਂ ਵੀ ਬਿਜੀ ਹੈ ਤੂੰ। ਆ ਮੋਦੀ ਵੀ ਲੱਗਿਆ ਹੁੰਦਾ ਯੋਗਾ ਕਰਨ, ਕਰ ਲਓ ਮਾੜਾ ਮੋਟਾ। ਅਗਲਾ ਅਗਲੇ ਹਰ ਬੰਦਾ ਸਿਹਤ ਦਾ ਖਿਆਲ ਰੱਖਦਾ, ਤੂੰ ਰੱਖ, ਨਾਲੇ ਸਾਰੇ ਟੱਬਰ ਤੇ ਬੋਝ ਬਣੇਗਾ, ਨਾਲੇ ਹੋਸਪਿਟਲ 'ਚ ਜਾ ਕੇ ਬੈੱਡ ਮੱਲੇਗਾ ਤੂੰ, ਸਾਰਿਆਂ ਤੇ ਬੋਝ ਬਣ ਜਾਏਗਾ, ਕਿਹੜਾ ਸਾਂਭਦਾ ਇੱਥੇ ਮੁੜ ਕੇ ਫਿਰ? ਅੱਜ ਕੱਲ੍ਹ ਅਗਲਾ ਕਹਿੰਦਾ ਮੈਂ ਫੇਸਬੁੱਕ ਵੇਖਾਂ ਕਿ ਤੇਰਾ ਗੰਦ ਮੰਦ ਸਾਫ਼ ਕਰਾਂ, ਜ਼ਰੂਰੀ ਬੈੱਡ ਤੇ ਪੈਣਾ ਤੇ ਮਰਨ ਤੱਕ ਤੁਰਦਾ ਰਹੇ, ਆਪਣੇ ਕੰਮ ਆਪ ਕਰਾਂਗਾ, ਇੰਨੇ ਜੋਗੇ ਰਹੀਏ ਕਾਇਮ ਹੋਵੋ। ਜਿਹੜੇ ਇੱਥੇ ਕਿ ਤੱਕ ਆਏ ਹੋ ਚੌਂਕੜੇ ਮਾਰ ਕੇ ਬੈਠੇ ਹੋ, ਇੰਨੇ ਜੋਗੇ ਹੈਗੇ ਹੋ, ਗਾਂਹ ਰੱਖੋ, ਜਿੰਨਾ ਕੁ ਚਿਰ ਜਿਉਂਦੇ ਆ ਆਪਣੇ ਨੈਣ ਪ੍ਰੈਣ ਚਲਾ ਕੇ ਰੱਖੋ, ਕਾਇਮ ਰਹਿਣਾ। ਤੇ ਮੈਂ ਜਿਹੜੀ ਗੱਲ ਇਹਨਾਂ ਨੂੰ ਕਹਿੰਦਾ ਹੁੰਦਾ ਵੀ ਆਪਣੇ ਨਾਂ ਨਾਲ ਮਹਾਨ ਬੇਵਕੂਫ ਲਿਖ ਲੈ, ਜੇ ਇੱਕ ਘੰਟਾ ਸਿਹਤ ਲਈ ਨਹੀਂ ਕੱਢ ਸਕਦਾ, ਮਹਾਨ ਬੇਵਕੂਫ ਹੈ ਤੂੰ। ਇੰਨੀ ਵੀ ਨਹੀਂ ਤੈਨੂੰ ਸਮਝ ਆਈ? ਕੁਦਰਤ ਨਾਲ ਪਿਆਰ ਕਰਦਾ, ਰੱਬ ਨਾਲ ਪਿਆਰ ਕਰਦਾ, ਸਰੀਰ ਰੱਬ ਨੇ ਦਿੱਤਾ ਕਿ ਨਹੀਂ ਦਿੱਤਾ? ਬੋਲੋ, ਤੇ ਨਿਯਮ ਚਲਾ ਰਿਹਾ ਕਿ ਨਹੀਂ ਚਲਾ ਰਿਹਾ? ਇਹਦੇ ਨਾਲ ਤੂੰ ਪਿਆਰ ਨਹੀਂ ਕਰ ਸਕਿਆ। ਪੱਤਿਆਂ ਕੰਨੀ ਵੇਖ, ਪੱਤੇ ਦਿਸਦੇ ਨੇ ਮੈਨੂੰ, ਕੁਦਰਤ ਦਿਸਦੀ ਹੈ, ਫੁੱਲਾਂ 'ਚ ਦਿਸਦਾ ਹੈ ਮੈਨੂੰ, ਚੰਦਰਮਾ ਤੇਰੇ ਢਿੱਡ ਨਹੀਂ ਦਿਖਦਾ ਤੇਰਾ, ਸਰੀਰ ਤੈਨੂੰ ਦਿਖਦਾ ਨਹੀਂ ਤੇਰਾ, ਪੱਤਿਆਂ 'ਚ ਰੱਬ ਲੱਭਦਾ ਫਿਰਦਾ ਤੇਰੇ ਢਿੱਡ 'ਚ ਨਹੀਂ, ਤੇਰੇ ਕੁਦਰਤ ਦੇ ਸਥਾਨ। ਆਹ ਵੇਖ, ਆਹ ਸਰੀਰ, ਆ ਕਿਡਨੀਆਂ ਆਪੇ ਚੱਲਦੀਆਂ ਕਿ ਤੂੰ ਚਲਾਉਂਦਾ? ਸਾਹ ਆਪੇ ਚੱਲਦਾ ਕਿ ਤੂੰ ਚਲਾਉਂਦਾ? ਆ ਬਲੱਡ, ਆ ਸਰਕੂਲੇਸ਼ਨ ਆਪੇ ਚੱਲਦਾ ਕਿ ਤੂੰ ਚਲਾਉਂਦਾ? ਆ ਸਾਰਾ ਕੁਝ ਆਪੇ ਚੱਲਦਾ, ਇਹ ਕੁਦਰਤ ਨਹੀਂ? ਇਹਦੇ ਨਾਲ ਇਹਨੂੰ ਠੀਕ ਕਿੰਨੇ ਰੱਖਣਾ ਫਿਰ? ਇਹਦੇ ਨਾਲ ਤੇਰਾ ਪਿਆਰ ਨਹੀਂ, ਰੱਬ ਲੱਭਦਾ ਫਿਰਦਾ, ਰੱਬ ਨਹੀਂ ਦਿਸਦਾ ਤੈਨੂੰ, ਦਿਸਣਾ ਕੀ ਹੈ? ਦੇਖਦਾ ਤੈਨੂੰ ਤੇਰਾ ਢਿੱਡ ਨਹੀਂ, ਰੱਬ ਕੀ ਦਿਸਣਾ ਤੈਨੂੰ? ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਤਾਂ ਕਰਕੇ ਸਿਹਤ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ।